ਪੰਜਾਬ ਦੇ ਵਿੱਚ ਆਮ ਜਨਤਾ ਦੀ ਸਹੂਲਤਾਂ ਦੇ ਲਈ ਸਰਕਾਰਾਂ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਇਮਾਰਤਾਂ ਦਾ ਨਿਰਮਾਣ ਕੀਤਾ ਜਾਂਦਾ ਹੈ, ਪਰ ਬਾਅਦ ਦੇ ਵਿੱਚ ਸਾਂਭ ਸੰਭਾਲ ਨਾ ਕੀਤੇ ਜਾਣ 'ਤੇ ਇਹ ਚਿੱਟਾ ਹਾਥੀ ਵੀ ਸਾਬਤ ਹੋਣ ਤੋਂ ਇਲਾਵਾ ਮੌਤ ਦਾ ਕਾਰਨ ਵੀ ਬਣ ਰਹੇ ਹਨ। ਜਿਸ ਤਹਿਤ ਰਿਆਸਤੀ ਸ਼ਹਿਰ ਨਾਭਾ ਦੀ ਇੱਕ ਆਧੁਨਿਕ ਪਸ਼ੂ ਮੰਡੀ ਦੇ ਵਿੱਚ 2 ਸਕੇ ਭਰਾ ਖੇਡਦੇ ਹੋਏ ਮੰਡੀ ਵਿੱਚ ਪਹੁੰਚ ਗਏ ਅਤੇ ਖੇਡਦੇ ਵਕਤ ਇਹਨਾਂ ਦੋਵਾਂ ਲੜਕਿਆਂ ਉੱਪਰ ਲੋਹੇ ਦਾ ਗੇਟ ਗਿਰ ਗਿਆ, ਜਿਸ ਦੌਰਾਨ 4 ਸਾਲਾ ਲੜਕੇ ਦੀ ਮੌਕੇ 'ਤੇ ਹੀ ਮੌਤ, ਜਦਕਿ ਦੂਜਾ ਗੰਭੀਰ ਰੂਪ ਦੇ ਵਿੱਚ ਫੱਟੜ ਹੋ ਗਿਆ। ਲੋਕਾਂ ਵੱਲੋਂ ਇਸ ਗਰੀਬ ਪਰਿਵਾਰ ਦੀ ਮਦਦ ਦੇ ਲਈ ਪੈਸੇ ਇਕੱਠੇ ਕਰਕੇ ਪੀੜਿਤ ਪਰਿਵਾਰ ਨੂੰ ਦੇ ਦਿੱਤੇ ਗਏ। ਲੋਕਾਂ ਨੇ ਮੰਗ ਕੀਤੀ ਹੈ ਕਿ ਪੀੜਿਤ ਪਰਿਵਾਰ ਦੀ ਮਦਦ ਲਈ ਸਰਕਾਰ ਵੀ ਇਹਨਾਂ ਦੀ ਸਹਾਇਤਾ ਕਰੇ। ਨਾਭਾ ਤੋਂ ਬਿਊਰੋ ਰਿਪੋਰਟ, ਆਜ਼ਾਦ ਟੀਵੀ ਨਿਊਜ਼। ਉੱਥੇ ਗੇਟ ਗਿਰ ਗਿਆ, ਸਰਕਾਰੀ ਮੰਡੀ, ਡੰਗਰ ਮੰਡੀ 'ਚ। ਹਾਂ ਜੀ, ਦੋ ਬੱਚੇ ਨਾ, ਕੋਈ ਡੈਥ ਹੋ ਗਈ, ਕੰਦਰ ਆ। ਹਾਂ ਜੀ, ਕਾਫੀ ਸੱਟਾਂ ਲੱਗੀ। 4 ਸਾਲ ਦੀ ਉਮਰ ਹੈ। ਸਰਕਾਰੀ ਬਿਲਡਿੰਗਾਂ ਦੀ ਬਹੁਤ ਬੁਰੀ ਹਾਲਤ ਹੈ ਜੀ, ਇਹ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ ਕੋਈ ਵੀ ਗੱਲ ਦਾ। ਹਾਂਜੀ, ਇਹ ਤਾਂ ਬੱਚੇ ਸਰ ਵਾਪਸ ਆ ਨਹੀਂ ਸਕਦਾ ਜੀ, ਜਿਸ ਦਿਨ ਜਿਹੜਾ ਬੱਚੇ ਦੀ ਹਾਲਤ ਖਰਾਬ ਹੈ ਜੀ, ਉਸ ਵਾਸਤੇ ਸਰਕਾਰ ਕੋਈ ਨਾ ਕੋਈ ਸਹਾਇਤਾ ਜ਼ਰੂਰ ਕਰੇ ਜੀ। ਦੋ ਬੱਚੇ ਨੇ ਜੀ। ਹਾਂਜੀ ਹਾਂਜੀ, ਇਹਨਾਂ ਦੀ ਦੋ ਬੱਚੇ ਨੇ। ਹਾਂਜੀ, ਮਨ ਸਰਕਾਰ ਵੱਲੋਂ ਸਹਾਇਤਾ ਨੂੰ ਪੂਰੀ ਫੁੱਲ ਮਿਲਣੀ ਚਾਹੀਦੀ ਹੈ ਜੀ। ਇਹ ਦੋ ਬੱਚੇ ਆਏ ਸੀ, ਇੱਥੇ ਲੈ ਕੇ ਆਏ ਸੀਗੇ, ਇੱਕ ਦੋਨੋਂ ਬ੍ਰਦਰ ਸੀਗੇ, ਇੱਕ 10 ਸਾਲ ਦਾ ਸੀਗਾ, ਇੱਕ 6-7 ਸਾਲ ਦਾ ਸੀ। ਜਿਹੜਾ ਛੋਟਾ ਬੱਚਾ ਸੀ ਉਹ ਆਲਰੇਡੀ ਬਰੋਡ ਡੈਡ ਸੀਗਾ। ਪੇਸ਼ੈਂਟਸ ਦੇ ਪੇਰੈਂਟਸ ਦੇ ਅਕੋਰਡਿੰਗਲੀ ਕੋਈ ਗੇਟ ਨਾਲ ਬੱਚੇ ਖੇਡਦੇ ਸੀ ਅਤੇ ਉਹ ਗੇਟ ਉਹਨਾਂ ਬੱਚਿਆਂ ਦੇ ਉੱਪਰ ਗਿਰ ਗਿਆ। ਹਾਂ, ਇਹ ਬਰੋਡ ਡੈਡ ਆਇਆ ਸੀ ਅਤੇ ਉਹਨੂੰ ਮਤਲਬ ਦੇਖਣ ਵਿੱਚ ਉਹਦੇ ਸਾਰਾ ਬਲੱਡ ਵਗੈਰਾ ਕਲੋਟ ਹੋ ਚੁੱਕਿਆ ਸੀ, ਤਾਂ ਉਹ ਵੀ ਲੱਗ ਰਿਹਾ ਸੀ ਵੀ 1.5 ਘੰਟਾ ਮਿਨੀਮਮ ਹੋ ਚੁੱਕਿਆ ਹੋਣਾ। ਇਹ ਸੁਬਹਾ ਸਾਡੀ ਡਿਊਟੀ ਤੋਂ ਪਹਿਲਾਂ ਦਾ ਆਇਆ ਹੋਇਆ ਸੀ ਬੱਚਾ, ਬਟ ਆ ਕੇ ਮੈਨੂੰ ਜਿਹੜੇ ਦੂਸਰੇ ਡਾਕਟਰ ਸਾਹਿਬ ਨੇ ਦੱਸਿਆ ਉਸ ਅਕੋਰਡਿੰਗ ਉਹ ਸਟੇਬਲ ਹੈ, ਫਿਲਹਾਲ ਤਾਂ ਸਟੇਬਲ ਹੈ, ਬਟ ਉਹਦੀ ਸਟਿਚਿੰਗ ਹੋਈ ਹੈ ਹੈੱਡ 'ਤੇ, ਠੀਕ ਹੈ, ਅਤੇ ਉਹਦੀ ਬੈਕ ਵਿੱਚ ਵੀ ਪੇਨ ਹੈ, ਤਾਂ ਉਹਦੇ ਲਈ ਉਹਦੀ ਟ੍ਰੀਟਮੈਂਟ ਵਗੈਰਾ ਚੱਲ ਰਹੀ ਹੈ, ਫਿਲਹਾਲ ਤਾਂ ਸਟੇਬਲ ਹੈ। ਕੋਈ ਬੜੀ ਗੱਲ ਨਹੀਂ ਹੈ ਜੀ, ਇਸ ਤੋਂ ਵੱਡੇ ਹਾਸ ਹੋ ਸਕਦੇ ਨੇ। 3-3 ਕੁਇੰਟਲ ਦਾ ਇੱਕ ਗੇਟ ਆ, ਉਹਦੀ ਸਪੋਰਟ ਤਾਂ ਕੋਈ ਹੈ ਨਹੀਂ, ਸਾਰੀ ਮੰਡੀ ਦਾ ਖਸਤਾ ਹਾਲ ਹੋਇਆ ਵਾ, ਤੁਸੀਂ ਦੇਖ ਹੀ ਰਹੇ ਹੋ। ਅੱਛਾ, ਅਤੇ ਨਾ ਇੱਥੇ ਕੋਈ ਉਹ ਆ, ਹੁਣ ਉਹ ਬੱਚੇ ਦਾ ਜਿਹੜਾ ਮਾਂ ਬਾਪ ਨੇ ਉਹਨਾਂ ਲਵੇ ਵਿਚਾਰੇ, ਉਹ ਦਿਹਾੜੀ ਕਰਕੇ ਕਮਾਉਂਦੇ ਨੇ, ਜੋ ਵੀ ਸਾਡੇ ਕੋਲੋਂ ਖਰਚਾ ਹੁੰਦਾ ਉਹ 10-10 ਰੁਪਈਏ ਇਕੱਠੇ ਕਰਕੇ ਉਸਦਾ ਦਾਹ ਸੰਸਕਾਰ ਕਰਿਆ ਜਾਊਗਾ। ਇਸ ਤਰੀਕੇ ਸਰਕਾਰ ਨੂੰ ਵੀ ਚਾਹੀਦਾ ਜੋ ਮੁਦੋਂ ਦੀ ਮਾਲੀ ਮੁਹਿੰਮ ਹਾਲਤ ਵਿੱਚ ਮਦਦ ਕਰ ਸਕਦੀ।